ਪਬਲਿਕ ਦੇ ਕਿਸੇ ਨੁਮਾਇੰਦੇ ਨੇ ਇੱਕ ਵੀਡੀਓ ਜਿਹੜੀ ਸੀਗੀ ਪਾਈ ਸੀਗੀ, ਜੋ ਐਕਟਿਵਾ ਦੇ ਉੱਪਰ ਤਿੰਨ ਲੇਡੀਜ਼ ਜਿਹੜੀਆਂ ਬੈਠੀਆਂ ਸੀਗੀਆਂ, ਉਹ ਜਿਹੜੀ ਵੀਡੀਓ ਸੀਗੀ ਸਾਡੇ ਸੋਸ਼ਲ ਮੀਡੀਆ ਸੈੱਲ ਨੂੰ ਪਾਈ ਗਈ, ਜਿੱਥੇ ਸਾਡੀ ਟੀਮ ਜਿਹੜੀ ਹੈ 24 ਘੰਟੇ ਬਹੁਤ ਸਤਰਕ ਰਹਿੰਦੀ ਹੈ, ਔਰ ਮਾਣਯੋਗ SSP ਸਾਹਿਬ ਜੀ ਦੀਆਂ, SSP ਹੁਸ਼ਿਆਰਪੁਰ ਜੀ ਦੀਆਂ, ਸ਼੍ਰੀ ਸੁਰਿੰਦਰ ਲਾਂਬਾ ਜੀ ਦੀਆਂ ਬੜੀਆਂ ਸਖ਼ਤ ਹਦਾਇਤਾਂ ਇਸ ਸੰਬੰਧੀ। ਉਹ ਜਦੋਂ ਵੀਡੀਓ ਸਾਨੂੰ ਪਾਈ ਗਈ ਹੈ ਉਹਦੇ ਉੱਪਰ ਆਪਾਂ ਜੋ ਐਕਸ਼ਨ ਬਣਦਾ ਉਹ ਲਿਆ। ਹੁਣ ਅਸੀਂ ਘਰ ਆਏ ਹਾਂ, ਘਰ ਆ ਕੇ ਜਿਹੜਾ ਇਹਨਾਂ ਦਾ ਬਣਦਾ ਚਲਾਨ ਸੀਗਾ ਕੀਤਾ, ਅਤੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਸ਼ਹਿਰ ਵਾਸੀਆਂ ਨੂੰ ਇਹ ਬੜੇ ਅਦਬ ਅਤੇ ਸਤਿਕਾਰ ਨਾਲ ਬੇਨਤੀ ਹੈ ਕਿ ਪਲੀਜ਼ ਟ੍ਰੈਫਿਕ ਰੂਲਾਂ ਦੀ ਜਿਹੜੀ ਵਾਇਲੇਸ਼ਨ ਹੈ ਉਹ ਨਾ ਕਰੋ। ਤੁਹਾਡੇ ਅੱਗੇ ਪਿੱਛੇ ਲੋਕ ਜੋ ਆ ਜਾ ਰਹੇ ਆ ਉਹ ਤੁਹਾਡੀ ਵੀਡੀਓ ਖਿੱਚ ਕੇ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਸੈਂਡ ਕਰ ਦਿੰਦੇ, ਜਿਹਦੇ ਉੱਪਰ ਸਾਡਾ ਐਕਸ਼ਨ ਲੈਣਾ ਇੱਕ ਧਰਮ ਬਣ ਜਾਂਦਾ, ਇਹ ਇੱਕ ਕਾਨੂੰਨ ਹੈ। ਅਤੇ ਫਿਰ ਜਦੋਂ ਚਲਾਨ ਕਰਦੇ ਹਾਂ ਫਿਰ ਜਿਹੜੀ ਉਹ ਪ੍ਰੋਬਲਮ ਆਉਂਦੀ ਹੈ। ਪਲੀਜ਼ ਇੱਦਾਂ ਨਾ ਕਰੋ। ਇਹ ਦੋਸਤ ਤੁਹਾਡਾ ਜਿਹੜਾ ਗਿਫਟ ਹੈ ਉਹ ਤੁਹਾਡਾ ਤਿਆਰ ਹੈ, ਅਤੇ ਪਲੀਜ਼ ਅੱਗੇ ਤੋਂ ਮੇਰੇ ਨਾਲ ਤਾਂ ਜ਼ਿੰਦਗੀ ਪ੍ਰੋਮਿਸ ਕਰੋ ਕਿ ਆਪਾਂ ਕੋਈ ਵੀ ਟ੍ਰਿਪ ਰਾਈਡਿੰਗ ਜਿਹੜੀ ਨਹੀਂ ਕਰਾਂਗੇ। ਲੜਕੇ ਕਰਦੇ ਆ ਉਹ ਬਹੁਤ ਜ਼ਿਆਦਾ ਗਲਤ ਹੈ, ਅਤੇ ਕੋਈ ਤਿੰਨ ਲੜਕੀਆਂ ਬੈਠੀਆਂ ਇਹਦੋਂ ਵੱਧ ਕੀ ਗਲਤ ਹੋ ਸਕਦਾ। ਅਸੀਂ ਅੱਗੇ ਆਪਣੇ ਪਰਿਵਾਰ ਨੂੰ ਸਮਝਾਉਣਾ। ਮੈਂ ਸਮਝਦਾ ਕਿ ਤੁਸੀਂ ਅੱਜ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਕਰੋਗੇ। ਥੈਂਕ ਯੂ।